ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਹੋਰ ਕਪਲਾ ਜੋ ਕਿ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਆ ਉਸ ਦੇ ਖਿਲਾਫ ਕੱਢ ਕੇ ਲਿਆਈ ਆ ਇਹ ਕੋਈ 360 ਕਰੋੜ ਦੇ ਕਰੀਬ ਦਾ ਕਪਲਾ ਦੱਸਿਆ ਜਾਂਦਾ ਔਰ ਲੈਂਡ ਮਾਫੀਆ ਨਾਲ ਜੁੜਿਆ ਹੋਇਆ ਇਹ ਕਪਲਾ ਦੱਸਿਆ ਜਾਂਦਾ ਔਰ ਜਿਹੜੇ ਵਿਰੋਧੀ ਧਰ ਦੇ ਨੇਤਾ ਹਰਪਾਲ ਚਮਾ ਜੀ ਉਹ ਇਸ ਮੰਦ ਵਿੱਚ ਜਿਹੜੀ ਜਾਣਕਾਰੀ ਆ ਉਹ ਲੈ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਹੈ ਕਿ ਮਾਮਲਾ ਕੀ ਹੈ ਟੋਟਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਰਪਾਲ ਜੀ ਇਹ ਮਾਮਲਾ ਹੈ ਕਿ ਦੇਖੋ ਇਹ ਜਿਹੜਾ ਰੋਡ ਨੰਬਰ 105 ਬੀ ਆ ਜਿਹੜਾ ਪਿੰਡ ਧਰਮਕੋਟ ਹਲਕਾ ਧਰਮਕੋਟ ਦੇ ਵਿੱਚ ਹੁੰਦਾ ਹੋਇਆ ਦੇ ਲੋਹਾਰਾ ਚੌਂਕ ਤੋਂ ਲੰਡੇ ਕੇ ਧੱਲੇ ਕੇ ਦੁੰਨੇ ਕੇ ਮੋਗਾ ਮਹਿਲਾ ਸਿੰਘ ਹੁੰਦਾ ਹੋਇਆ ਬਾਗਾ ਪੁਰਾਣਾ ਰਾਮਪੁਰਾ ਫੂਲ ਬਾਜ਼ਾਖਾਨਾ ਬਿਜਲੀ ਜਾਂਦਾ ਹੋਇਆ ਅੰਮ੍ਰਿਤਸਰ ਤੇ ਬਠਿੰਡੇ ਰੋਡ ਨੂੰ ਜੋੜਦਾ ਹੈ ਅਮਰਸਰ ਤੇ ਬਰਿੰਡੇ ਰੋਡ ਨੂੰ ਜੋੜਦਾਗਾ ਉਹਦੇ ਵਿਚ ਜਿਹੜੀ ਜ਼ਮੀਨ ਆ ਉਹ ਲੋਕਾਂ ਦੀ ਐਕਵਾਇਰ ਹੋਣੀ ਸੀ ਲੋਕਾਂ ਨੂੰ ਮਾਮਜ਼ਾ ਮਿਲਣਾ ਸੀ ਇਹਦਾ ਪਹਿਲਾ ਨੋਟੀਫਿਕੇਸ਼ਨ 10 1 2020 ਨੂੰ ਜਾਰੀ ਹੋਇਆ ਔਰ ਦੂਜਾ ਨੋਟੀਫਿਕੇਸ਼ਨ 21 5 2020 ਨੂੰ ਜਾਰੀ ਹੋਇਆ ਤੀਜਾ ਤੇ ਫਾਈਨਲ ਨੋਟੀਫਿਕੇਸ਼ਨ ਜਿਹਨੂੰ 3D ਕਹਿੰਦੇ ਨੇਗੇ ਉਹ 22 5 2020 ਨੂੰ ਜਾਰੀ ਹੋਇਆ ਇਸ ਦੌਰਾਨ ਜਿਹੜੀ ਹੈਗੀ ਆ ਬਹੁਤ ਸਾਰੀ ਜ਼ਮੀਨ ਆ ਉਹਦੀ ਮਲਕੀਅਤ ਚੇਂਜ ਹੋਈ ਉਹਦੀ ਮਾਲਕੀ ਚੇਂਜ ਹੋਈ ਉਹ ਜਿਹੜੀ ਮਾਲਕੀ ਚੇਂਜ ਹੋਈ ਆ ਉਹ ਭੋਲੇ ਭਾਲੇ ਲੋਕਾਂ ਤੋਂ ਭੋਲੇ ਭਾਲੇ ਕਿਸਾਨਾਂ ਤੋਂ ਬੜੇ ਸਸਤੇ ਟੰਗ ਦੇ ਨਾਲ ਬੜੇ ਸਸਤੇ ਰੇਟਾਂ ਤੇ ਲੈ ਕੇ ਉਹਦਾ ਜਿਹੜਾ ਮੁਆਵਜ਼ਾ ਜਿਹੜਾ ਇਹਦਾ ਮੁਆਵਜ਼ਾ ਮੈਂ ਸਮਝਦਾ ਜਿਹੜਾ ਕਿਸਾਨ ਤੋਂ ਖਰੀਦਿਆ ਗਿਆ ਇੱਕ ਐਗਜ਼ਾਮਪਲ ਆਧਾਰਣ ਇਹਦੇ ਵਿੱਚ ਕਿ ਮਨਜੀਤ ਕੌਰ ਨਾਂ ਦੀ ਔਰਤ ਤੋਂ ਜਿਹੜਾ ਆ ਗਿਆ ਵਿਧਵਾ ਔਰਤ ਤੋਂ 61 ਲੱਖ ਦੀ ਜ਼ਮੀਨ ਖਰੀਦੀ ਗਈ ਜਿਹਦਾ ਮੁਆਵਜ਼ਾ ਕਿੰਨਾ ਮਿਲਣਾ ਸੀਗਾ 1 ਕਰੋੜ 88 ਲੱਖ ਰੁਪਈਆ ਔਰ ਉਹ ਵੀ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸੋ ਇੱਥੋਂ ਪਤਾ ਲੱਗਦਾ ਕਿ ਜਿਹੜੇ ਅਧਿਕਾਰੀ ਨੇ ਜਿਹੜੇ ਪੋਲੀਟੀਸ਼ੀਅਨ ਨੇ ਉਸ ਇਲਾਕੇ ਦੇ ਉਹ ਕਿੰਨੇ ਇਨ ਮੈਂ ਗੱਲ ਸਮਝ ਨਹੀਂ ਆਈ ਮਤਲਬ ਕੀ ਤੁਸੀਂ ਕਹਿੰਦੇ ਹੋ ਵੀ ਜਿਹੜੀ ਜ਼ਮੀਨ ਐਕਵਾਇਰ ਕਰਨੀ ਸੀਗੀ ਉਹ ਜ਼ਮੀਨ ਕਿਸਾਨਾਂ ਤੋਂ ਪਹਿਲੇ ਖਰੀਦ ਲਈਤੀ ਗਈ ਫਿਰ ਉਹ ਸਰਕਾਰ ਨੇ ਐਕਵਾਇਰ ਕੀਤੀ ਦੇਖੋ ਦੇਖੋ ਇਹ ਗੱਲ ਆ ਜਦੋਂ ਨੋਟੀਫਿਕੇਸ਼ਨ ਜਾਰੀ ਹੋਏ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜਿਹੜੇ ਜਿਹੜੇ ਲੋਕ ਤੇਜ਼ ਤਰਾਰ ਨੇ ਜਿਹੜੇ ਲੈਂਡ ਮਾਫੀਆ ਚਲਾਉਂਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਜਿਹੜੀ ਜ਼ਮੀਨ ਐਕਵਾਇਰ ਹੋਣੀ ਆ ਇਸ ਇਲਾਕੇ ਦੀ ਜ਼ਮੀਨ ਐਕਵਾਇਰ ਹੋਣੀ ਆ ਉਹਨਾਂ ਨੇ ਉੱਥੇ ਜਾ ਕੇ ਜ਼ਮੀਨ ਭੋਲੇ-ਪਾਲੇ ਲੋਕਾਂ ਤੋਂ ਖਰੀਦਣੀ ਸ਼ੁਰੂ ਕਰਤੀ ਉਹਨਾਂ ਨੇ ਜ਼ਮੀਨ ਖਰੀਦ ਲਈ ਉਹਨਾਂ ਤੋਂ 25 ਲੱਖ ਦੀ ਖਰੀਦੀ ਹੈ ਜਿਹਦਾ ਮੁਆਵਜ਼ਾ ਕਰੋੜ ਰੁਪਏ ਮਿਲਣਾ ਸੀ ਮੰਨ ਲਓ ਐਗਜ਼ਾਮਪਲ ਆ ਜਿਹਦਾ ਕਰੋੜ ਰੁਪਏ ਮੁਆਵਜ਼ਾ ਮਿਲਣਾਗਾ ਉਹ ਜ਼ਮੀਨ 25 ਲੱਖ ਚ ਖਰੀਦ ਲਈ ਯਾਨੀ ਕਿ ਉਹ ਤਿੰਨ ਮਹੀਨਿਆਂ ਦੇ ਮਾਲਕ ਜਿਹੜੇ ਹੈਗੇ ਨੇ ਉਹ ਉਹਨਾਂ ਨੇ 75-75 ਕਰੋੜ ਰੁਪਏ 75-75 ਲੱਖ ਰੁਪਏ ਕੀ ਕਿੱਲੇ ਚ ਕਮਾ ਲਿਆ ਸੋ ਇਹ ਬਹੁਤ ਭੋਲੇ-ਪਾਲੇ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਧੋਖਾ ਹੋਇਆ ਉਹਨਾਂ ਦੇ ਨਾਲ ਬਹੁਤ ਵੱਡਾ ਫਰਾਡ ਹੋਇਆ ਔਰ ਜਾਲੀਵਾ ਫਰਜੀ ਜਿਹੜੀਆਂ ਮਿਊਟੇ ਉਹਨਾਂ ਨੇ ਮਰੇ ਹੋਏ ਵਿਅਕਤੀ ਦਿਖਾ ਕੇ ਉਹਨਾਂ ਦੇ ਨਵੇਂ ਬੰਦੇ ਖੜੇ ਕਰਕੇ ਜਿਹੜੇ ਛੋਟੇ ਪਲਾਟ ਸੀ ਜਿਹੜੇ 100 ਗਾਜ ਦੇ 50 ਗਾਜ ਦੇ 200 ਗਾਜ ਦੇ ਉਹਨਾਂ ਦੇ ਨਾਲ ਜਿਹੜੇ ਮਿਊਟੇਸ਼ਨਾਂ ਚੇਂਜ ਹੋ ਗਈਆਂ ਇਹ ਬਹੁਤ ਵੱਡਾ ਕੱਪੜਾਗਾ ਸੋ ਇਹਦੇ ਵਿੱਚ ਮੈਂ ਸਮਝਦਾ ਹਲਕਾ ਰਾਮਪਰਾ ਫੁੱਲ ਦੇ ਬਹੁਤ ਸਾਰੇ ਜਗ੍ਹਾ ਜ਼ਮੀਨ ਆਉਂਦੀ ਆ ਮੋਗੇ ਦੀ ਆਉਂਦੀ ਆ ਔਰ ਦੋਨੇ ਮਨਿਸਟਰ ਸਹਿਬਾਨ ਗੁਰਪ੍ਰੀਤ ਸਿੰਘ ਕਾਂਗੜ ਹਰਜੋਤ ਕਮਲ ਜੀ ਜਿਹੜੇ ਐਮ ਐਲ ਏ ਮੋਗਾ ਨੇ ਉਹਨਾਂ ਦੇ ਨੇਅਰ नियर ਐਂਡ ਡੀਅਰ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਇਹਦੇ ਵਿੱਚ ਬਹੁਤ ਵੱਡੇ ਇਨਵੋਲਵ ਨੇ ਜੇਕਰ ਦੀ ਜਾਂਚ ਜਿਹੜੀ ਆ ਹਾਈ ਕੋਰਟ ਦਾ ਸੈਟਿੰਗ ਜੱਜ ਕਰੂਗਾ ਤਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਕੱਪੜਾ ਜਿਹੜਾ ਜਿਹੜਾ ਲੋਕਾਂ ਨੂੰ ਇਨਸਾਫ ਮਿਲ ਸਕਦਾ ਔਰ ਬਹੁਤ ਵੱਡਾ ਕੱਪੜਾ ਸਾਹਮਣੇ ਵੀ ਆ ਸਕਦਾ ਇਹ 360 ਕਰੋੜ ਦੀ ਜਿਹੜੀ ਪੈਸੇ ਇਨਵੋਲਵ ਨੇਗੇ ਸੋ ਇਹ ਇਸ ਤੋਂ ਵੀ ਕਿਤੇ ਅੱਗੇ ਜਾ ਸਕਦੇ ਨੇ ਹਰਪਾਲ ਜੀ ਮੈਂ ਜਿਹੜੀ ਗੱਲ ਸਮਝ ਆ ਰਹੀ ਹੈ ਉਹ ਇਹ ਆ ਰਹੀ ਹੈ ਵੀ ਸਰਕਾਰ ਨੇ ਜਦੋਂ ਜ਼ਮੀਨ ਐਕਵਾਇਰ ਕਰਨ ਦੀ ਜਿਹੜੀ ਨੋਟੀਫਿਕੇਸ਼ਨ ਕੱਢਣੀ ਸੀ ਉਸ ਤੋਂ ਪਹਿਲੇ ਉਸ ਦੀ ਜਾਣਕਾਰੀ ਸਬੰਧਿਤ ਵਿਅਕਤੀਆਂ ਨੂੰ ਮਿਲ ਗਈ ਔਰ ਉਹਨਾਂ ਨੇ ਜਾ ਕੇ ਜਿੱਥੇ ਮਤਲਬ ਕਿ ਜਮੀਨ ਐਕਵਾਇਰ ਹੋਣੀ ਸੀ ਉਹਨਾਂ ਨੂੰ ਪਤਾ ਚੱਲ ਗਿਆ ਵੀ ਇਹ ਜ਼ਮੀਨ ਐਕਵਾਇਰ ਹੋਣੀ ਹੈ ਔਰ ਉਹਨਾਂ ਨੇ ਉਹ ਜ਼ਮੀਨ ਖਰੀਦ ਲਈ ਮੇਰੇ ਹਿਸਾਬ ਨਾਲ ਇਹੇ ਗੱਲ ਹੈ ਜਾਂ ਕੁਝ ਹੋਰ ਹੈ ਦੇਖੋ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਕਿਉਂਕਿ ਨੋਟੀਫਿਕੇਸ਼ਨ ਦੋ ਤਿੰਨ ਚਾਰ ਚਾਰ ਅਖਬਾਰਾਂ ਜਾਰੀ ਹੁੰਦਾ ਔਰ ਬਹੁਤੇ ਲੋਕ ਨਹੀਂ ਪੜਦੇ ਹੈਗੇ ਉਹ ਜਿਹੜੇ ਤੇਜ਼ ਤਰਾਰ ਲੈਂਡ ਮਾਫੀਆ ਦੇ ਲੋਕ ਨੇ ਉਹ ਉਸ ਨੂੰ ਪੜ ਲੈਂਦੇ ਨੇ ਉੱਥੇ ਜਿਹੜੀਆਂ ਜ਼ਮੀਨਾਂ ਪਈਆਂ ਨੇ ਛੋਟੇ ਛੋਟੇ ਟੁਕੜੇ ਪਏ ਹੁੰਦੇ ਨੇ ਜਾ ਕੇ ਉਹ ਭੋਲੇ-ਪਾਲੇ ਲੋਕਾਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਕੇ ਵੀ ਤੈਨੂੰ ਤੇਰਾ 10 ਲੱਖ ਦਾ ਵਿੱਗਾ ਵਿਕ ਰਿਹਾ ਸੀ ਤੈਨੂੰ 12 ਦੇ ਦਿੰਦੇ ਨੇ ਤੈਨੂੰ 15 ਦੇ ਦਿੰਦੇ ਨੇ ਤੈਨੂੰ 20 ਦੇ ਦਿੰਦੇ ਨੇ ਉਹ ਖਰੀਦ ਲੈਂਦੇ ਨੇ ਕਿ ਔਰ ਉਹ ਮੁਆਵਜ਼ੇ ਤੋਂ ਉਹ ਵਾਂਝੇ ਰਹਿ ਜਾਂਦੇ ਨੇ ਇਹ ਜਿਹੜੇ ਲੋਕ ਜਿਨ੍ਹਾਂ ਨੇ ਮੈਂ ਸ ਤੁਸੀਂ ਇੱਕ ਇਸ ਚ ਜਾਣਕਾਰੀ ਵੀ ਦੇ ਰਹੇ ਸੀ ਵੀ ਇੱਕ ਲੇਡੀ ਦੀ ਜਿਹੜੀ ਜ਼ਮੀਨ ਹੈ ਮਤਲਬ ਕਿ ਟ੍ਰਾਂਸਫਰ ਹੋਈ ਆ ਜਿਹੜੀ ਖਰੀਦੀ ਗਈ ਆ ਉਹ ਕਹਿੰਦੇ ਵੀ ਇੱਕੋ ਦਿਨ ਚ ਹੋਇਆ ਉਹ ਕੀ ਹੈਗਾ ਪੂਰੀ ਡਿਟੇਲ ਥੋੜਾ ਜਿਹਾ ਮਨਜੀਤ कौर ਨਾਂ ਦੀ ਔਰਤ ਆ ਮਨਜੀਤ कौर ਨਾਂ ਦੀ ਜਿਹੜੀ ਔਰਤ ਆ ਉਹਦੀ ਜ਼ਮੀਨ ਉਹਨੇ ਜ਼ਮੀਨ ਜਿਹੜੀ ਆ ਇੱਕੋ ਦਿਨ ਦੇ ਵਿੱਚ ਉਹਦੀ ਸੇਲ ਡੀਡ ਹੋ ਗਈ ਇੱਕੋ ਦਿਨ ਉਹਨੇ ਜਿਹੜੀ ਆ ਪਾਵਰ ਆਫ ਟਰਨੀ ਡੇਟਡ 14 ਤਨ 2022 ਨੂੰ ਨੇ ਪਾਵਰ ਆਫ ਟਰਨੀ ਕਰਵਾਈ 14/3/2022 ਨੂੰ ਉਹਦੀ ਸੇਲ ਡੀਡ ਹੋ ਗਈ 14/3/2022 ਨੂੰ ਉਹਦਾ ਇੰਤਕਾਲ ਹੋ ਗਿਆ ਉਹਦੀ ਮਿਊਟੇਸ਼ਨ ਚੇਂਜ ਹੋ ਗਈ ਉਹਦਾ ਸਾਰਾ ਕੁਝ ਚੇਂਜ ਹੋ ਗਿਆ ਰਿਕਾਰਡ ਟੋਟਲ ਚੇਂਜ ਹੋ ਗਿਆ ਸੋ ਇੱਕ ਦਿਨ ਦੇ ਵਿੱਚ ਇਹ ਰਿਕਾਰਡ ਚੇਂਜ ਕਰਨਾ ਇਹ ਇਥੋਂ ਪਤਾ ਲੱਗਦਾ ਕਿ ਕਿੱਡਾ ਵੱਡਾ ਕਪੜਾ ਹੈ ਕਿਉਂਕਿ ਉਹ ਜਿਹੜੀ ਜ਼ਮੀਨ ਆ ਉਹਦੇ ਪੈਸੇ ਕਿੰਨੇ ਇਨਵੋਲਵ ਸੀਗੇ 68 ਲੱਖ ਰੁਪਈਆ ਜਿਹੜਾ ਮੁਆਵਜ਼ਾ ਮਿਲਣਾ ਉਸ ਜ਼ਮੀਨ ਦਾ ਉਹ 1 ਕਰੋੜ 88 ਲੱਖ ਮਿਲਣਾ ਸੋ ਇਥੋਂ ਪਤਾ ਲੱਗਦਾ ਕਿ 1 ਕਰੋੜ 20 ਲੱਖ ਤੋਂ ਉੱਪਰ ਦੀ ਜਿਹੜੀ ਥੱਗੀ ਆ 30 ਲੱਖ ਤੋਂ ਉੱਪਰ ਦੀ ਥੱਗੀ ਆ ਉਹ ਸੌਰਤਨਾ ਹੋਈ ਆ ਪਰ ਪავლੇ ਇੱਕ ਹੋਰ ਗੱਲ ਸੀਗੀ ਜਿਹੜੀ ਐਦਾ ਐਕਵਾਇਰ ਵਾਲੀ ਜ਼ਮੀਨ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੇ ਮਾਮਲੇ ਪਹਿਲੇ ਵੀ ਨਿਕਲਦੇ ਆ ਰਹੇ ਆ ਵੀ ਸਰਕਾਰ ਜਦੋਂ ਐਕਵਾਇਰ ਕਰਦੀ ਹੈ ਤਾਂ ਆਏ ਜੇ ਬੰਦੇ ਸਾਹਮਣੇ ਆ ਜਾਂਦੇ ਆ ਔਰ ਜ਼ਮੀਨ ਖਰੀਦ ਲੈਂਦੇ ਆ ਬਾਅਦ ਚ ਉਹ ਮੁਆਵਜ਼ਾ ਉਹ ਲੈ ਜਾਂਦੇ ਆ ਜਦ ਕਿ ਜਿਹੜੇ ਅਸਲੀ ਮਾਲਕ ਆ ਉਹ ਪਿੱਛੇ ਰਹਿ ਜਾਂਦੇ ਆ ਤੇ ਸੋਨੂੰ ਕੀ ਲੱਗਦਾ ਇਸ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਦੇਖੋ ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇ 71 ਨੈਸ਼ਨਲ ਹਾਈਵੇ 72 ਨੈਸ਼ਨਲ ਹਾਈਵੇ 64 64 ਉਹਦੇ ਬਹੁਤ ਵੱਡੇ ਘਪਲੇ ਸਾਹਮਣੇ ਆਏ ਸੀਗੇ ਉੱਥੇ ਵੀ ਜਿਹੜੀ ਆ ਜਿਹੜੀ ਖੇਤੀਬਾੜੀ ਜ਼ਮੀਨ ਆ ਉਹਨੂੰ ਕਮਰਸ਼ੀਅਲ ਕਰਕੇ ਬਹੁਤ ਵੱਡੀ ਠੱਗੀ ਜਿਹੜੀ ਵਜੀ ਸੀਗੀ ਉਹਦੀ ਜਾਂਚ ਉਸੇ ਤਰ੍ਹਾਂ ਦਬਤੀ ਉਹਦੀ ਜਾਂਚ ਦਾ ਕੁਝ ਨਹੀਂ ਨਿਕਲਿਆ ਇਸੇ ਗੱਲ ਕਰਕੇ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਘੱਟੋ ਘੱਟ ਹਾਈ ਕੋਰਟ ਦਾ ਸਿਟਿੰਗ ਜੱਜ ਇਸ ਮਾਮਲੇ ਦੀ ਜਾਂਚ ਕਰੇ ਤਾਂ ਕਿ ਜਿਹੜੇ ਭੋਲੇ ਪਾਲੇ ਕਿਸਾਨ ਲੁੱਟੇ ਗਏ ਭੋਲੇ ਪਾਲੇ ਵਿਅਕਤੀ ਲੁੱਟੇ ਗਏ ਆਮ ਲੋਕ ਲੁੱਟੇ ਗਏ ਉਹਨਾਂ ਨੂੰ ਜਿਹੜੀ ਰਾਹਤ ਮਿਲ ਸਕੇ ਜੇਕਰ ਕੈਪਟਨ ਸਾਹਿਬ ਨੇ ਜਾਂਚ ਹਾਈ ਕੋਰਟ ਦੇ ਸਿਟਿੰ ਠੀਕ ਥੈਂਕ ਯੂ ਇਹ ਸੀਗੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚਿਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ 360 ਕਰੋੜ ਰੁਪਏ ਦਾ ਇੱਕ ਲੈਂਡ ਮਾਫੀਆ ਦਾ ਜਿਹੜਾ ਕਪਲਾ ਹੈ ਇਹ ਸਾਹਮਣੇ ਆਇਆ ਜਿਸ ਦੇ ਉਹਨਾਂ ਨੂੰ ਸੰਬੰਧਿਤ ਜਿਹੜੇ ਆ ਪੇਪਰ ਉਹਨਾਂ ਕੋਲ ਆ ਗਏ ਨੇ ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਇਸ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਏ ਅਗਰ ਕੈਪਟਨ ਸਰਕਾਰ ਨੇ ਉਹਨਾਂ ਦੀ ਇਸ ਮੰਗ ਨੂੰ ਨਹੀਂ ਮੰਨਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਖੁਦ ਹਾਈ ਕੋਰਟ ਜਾਏਗੀ ਔਰ ਹਾਈ ਕੋਰਟ ਦਾ ਇਸ ਮਾਮਲੇ ਚ ਦਰਵਾਜਾ ਖਟਕਟਾਏਗੀ ਇਹ ਹੁਣ ਆਉਣ ਵਾਲਾ ਟਾਈਮ ਦੱਸੇਗਾ ਕਿ ਇਸ ਮਾਮਲੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਜਾਂ ਨਹੀਂ ਹੁੰਦਾ ਕਿ ਹੋਰ ਜਿਹੜੇ ਮਾਮਲੇ ਇਸ ਤਰ੍ਹਾਂ ਦੇ ਪਹਿਲੇ ਸਾਹਮਣੇ ਆਏ ਸੀ ਉਸ ਤਰ੍ਹਾਂ ਹੀ ਇੱਕ ਹੋਰ ਇਹੀ ਜਾਂ ਮਾਮਲਾ ਫਾਈਲਾਂ ਚ ਦਬ ਕੇ ਰਹਿ ਜਾਂਦਾ ਮੈਂ ਦਿਨੇਸ਼ ਕੁਲ ਕੈਮਰਾਮੈਨ ਮਾ ਜਦਵ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर